ਬੀਅਰ ਪਾ ਕੇ ਰੱਖੀ ਜੇ ਕਿਸੇ ਨੇ ਵੀਰ ਭਰਾ ਨੇ ਪੀਣੀ ਹੋਵੇ ਤੇ ਇੱਥੇ ਆ ਕੇ ਪੀ ਸਕਦਾ। ਫੋਟੋ ਸ਼ੂਟ ਚੱਲ ਰਿਹਾ ਅੱਜ ਰਾਤ ਨੂੰ। ਹਾਂਜੀ ਕਿੱਦਾਂ ਫਿਰ ਹੋਪ ਤੁਸੀਂ ਸਭ ਘੈਂਟ ਹੋ ਗਏ। ਵੈਲਕਮ ਬੈਕ ਟੂ ਮਾਈ ਚੈਨਲ ਅਗੇਨ। ਸਵੇਰ ਦੇ 6 ਵੱਜ ਗਏ ਆ ਤਾਂ ਹੁਣ ਆਪਾਂ ਚੱਲੇ ਹਾਂ ਜਿੰਮ, ਵਰਕਆਊਟ ਵਗੈਰਾ ਕਰਕੇ ਆ ਗਏ ਹਾਂ। ਟਾਈਮ ਸਰੀ ਆਪਾਂ ਕਰ ਰਹੇ ਤਾਂ ਹੁਣ ਆਪਾਂ ਚੱਲੇ ਹਾਂ ਬਟਾਲੇ। ਸਰਬੰਸ ਨੇ ਨਹੀਂ ਜਾਣਾ ਕਿਉਂਕਿ ਉਹਦੇ ਲੱਗ ਰਹੀਆਂ ਕਲਾਸਾਂ, ਉਹਦੀ ਔਨਲਾਈਨ ਕਲਾਸ ਲੱਗਣ ਡੀ, ਪੜ੍ਹਨ ਡਿਆ ਵਾ, ਪਤਾ ਨਹੀਂ ਕਿੱਦਾਂ ਪਰ ਪੜ੍ਹਨ ਡਿਆ ਵਾ। ਹੁਣ ਮੈਂ ਚੱਲਾ ਵਾ ਬਟਾਲੇ, ਤੁਹਾਨੂੰ ਵੀ ਲੈ ਕੇ ਚੱਲਦੇ ਵਿਖਾਉਂਦੇ ਹਾਂ ਉੱਥੋਂ ਦਾ ਹਿਸਾਬ ਤਾਂ ਵੱਜ ਗਈ ਆ। ਵਿਸ਼ਾਲ ਮੈਗਾ ਮਾਰਟ ਵਿੱਚ ਆਏ ਹਾਂ, ਸਮਾਨ ਸਮੂਨ ਲੈਣ ਡੇ ਹਾਂ, ਬਾਕੀ ਤੁਹਾਨੂੰ ਦਿਖਾਉਂਦੇ ਹਾਂ। ਬਿਸਕੁਟਾਂ ਦੀ ਵਰਾਇਟੀਆਂ ਕਿੰਨੀਆਂ ਆ ਰਹੀਆਂ ਪਾਰਲੇ ਜੀ। ਛੱਤੀ ਸੌ ਭੁਰੀ ਦੀ ਵਰਾਇਟੀਆਂ, ਬੰਦਾ ਕਿਹੜਾ ਖੜ੍ਹੇ ਹੁਣ ਸਮਝ ਨਹੀਂ ਆਉਣ ਡੀ। ਕੋਈ ਜ਼ਿਆਦਾ ਛੋਟਾ ਖੱਟੇ ਮਿੱਠੇ ਦਾ ਪੈਕਟ ਹੈ। ਢਾਈ ਸੌ ਦਾ ਪੰਚ ਰਤਨਾ ਦਾ ਹੈਗਾ ਪੈਕਟ ਹੈ, ਨੱਬੇ ਦਾ। ਕਰਤਾ ਹੀ ਕੰਮ ਜਿੱਥੋਂ ਮੈਂ ਡਰਦਾ ਸੀ। ਡਿਫਰੈਂਟ ਟਾਈਪ ਦੇ ਅਚਾਰ ਨੇ ਸਾਰੇ ਇੱਥੇ। ਆਹ ਹੈਗੀ ਮੈਗੀ, ਮੈਗੀ ਜ਼ਿਆਦਾਤਰ ਫਸਟ ਕਰੋਪ ਦੀਆਂ ਚੀਜ਼ਾਂ ਇੱਥੇ। ਫਸਟ ਕਰੋਪ ਦਾ ਆਟਾ ਹੈਗਾ, ਬੇਸਣ, ਚਣੇ ਚੁਣੇ, ਆਹ ਪਤਾ ਨਹੀਂ ਕੀ ਚੀਜ਼ ਯਾਰ, ਡਿਫਰੈਂਟ ਡਿਫਰੈਂਟ ਮਸਾਲੇ ਆ। ਲਾਲ ਮਿਰਚ, ਦੇਗੀ ਮਿਰਚ, ਹਰੀ ਮਿਰਚ ਜਿਹੜੀ ਵੀ ਚਾਹੀਦੀ ਇੱਥੇ ਮਿਲਦੀ, ਆਪਾਂ ਲੈਣੀ ਨਹੀਂ। ਸੈਨੀਟਾਈਜ਼ਰ, ਡੈਟੋਲ ਵਗੈਰਾ ਹੱਥੋਂ ਧੋਣ ਵਾਸਤੇ, ਨਹਾਉਣ ਵਾਸਤੇ। ਬਾਕੀ ਜੇ ਕਿਸੇ ਚਾਹੀਦਾ ਉਹ ਲੈ ਜਾਓ ਭਰਾ, ਨੂੰ ਤਾਂ ਕੋਈ ਮਤਲਬ ਨਹੀਂ, ਨਹੀਂ ਤਾਂ ਧੋਈ ਦਾ ਘੱਟ ਹੀ ਅੱਗੇ। ਬੰਦਿਆਂ ਦੇ ਨਹਾਉਣ ਵਾਲਾ ਧੋ ਗਿਆ, ਹੁਣ ਕੱਪੜਿਆਂ ਦੇ ਨਹਾਉਣ ਵਾਲਾ ਵੀ ਸਮਾਨ ਆ ਗਿਆ। ਚਾਹ ਵਿੱਚੋਂ ਸ਼ੇਕਰ ਖੜਨ ਦਾ ਬਹੁਤਾ ਫਾਇਦਾ ਵਾ, ਇੱਥੇ ਸਿਰਫ 100 ਰੁਪਏ ਦਾ ਮਿਲਦਾ ਅਤੇ ਬਾਹਰੋਂ ਤੋਂ ਖੜੀ ਅਤੇ 250-300 ਦਾ ਦਿੰਦੇ, ਕਿਤੇ ਨਾ ਕਿਤੇ ਜਿੱਥੇ ਮਰਜ਼ੀ ਜਾ ਦਿਓ। ਆਹ ਪਬਜੀ ਵਾਲੇ ਪੈਨ ਕਿਹਦੇ ਸਿਰ 'ਚ ਮਾਰਨੇ ਆ ਅੰਤਰ ਹੈ। ਇਹ ਗਲਾਸ ਦਾ ਕਦੇ ਨਾ ਕਦੇ ਯੂਜ਼ ਆ ਸਕਦਾ ਵਾ, ਪਰ ਆਪਾਂ ਕਦੇ ਲਿਆਉਣਾ ਨਹੀਂ, ਕੋਸ਼ਿਸ਼ ਤੁਹਾਡੀ ਇਹ ਵਿੱਚ ਕੰਮ 'ਚ ਰਹੇਗੀ। ਆਹ ਬੀਅਰ ਵਾਲਾ ਗਲਾਸ, ਇਹ 'ਚ ਬਨਾਨਾ ਸ਼ੇਕ ਜ਼ਰੂਰ ਪੀਵਾਂਗੇ। ਬਨਾਨਾ ਸ਼ੇਕ ਜ਼ਰੂਰ ਪੀ ਕੇ ਜਾਓ ਇੱਥੋਂ। ਇਹ ਵਿਸ਼ਾਲ ਮੈਗਾ ਮਾਰਟ ਦੇ ਬਿਲਕੁਲ ਸਾਹਮਣੇ ਆ, ਪਿੱਛੇ ਵਿਸ਼ਾਲ ਮੈਗਾ ਮਾਰਟ ਆ ਅਤੇ ਸਾਹਮਣੇ ਇੱਥੇ ਆਹ ਵੀਰ ਬਣਾਉਂਦੇ ਆ। ਆਹ ਬਨਾਨਾ ਸ਼ੇਕ ਬਹੁਤਾ ਹੀ ਘੈਂਟ ਹੁੰਦਾ, ਪੀ ਕੇ ਵੇਖਿਓ। ਬਿਸਕੁਟ ਅਤੇ ਇੱਕ ਜੰਮੀ ਵਾਸਤੇ ਲੈਣੀ ਹੱਡੀ, ਕਿੰਨੇ 110 ਤੋਂ 130 ਰੁਪਏ। ਆਹ ਲੈ ਲਈ ਇੱਕ ਹੱਡੀ ਜੰਮੀ ਵਾਸਤੇ, ਬਿਸਕੁਟ।
ਬੰਦੂ ਇਹ ਚਾਹੀਦੇ ਇੱਥੇ ਵਾਲੀਬਾਲ ਖੇਡਣ ਦੇ ਆ ਪਤੰਦਰ ਇੱਥੇ ਵੀ ਨਹੀਂ ਹਟਦੇ ਆ ਕਹਿੰਦੇ ਮੇਰੇ ਵੀਰੋ ਮੁੰਡਿਆਂ ਨੂੰ ਅਕਲ ਬਹੁਤੀ ਜ਼ਿਆਦਾ ਵਾ ਜਿੱਥੇ ਜੀ ਕਰਦਾ ਉੱਥੇ ਖੇਡਣ ਡੈ ਪੈਂਦੇ ਆ ਤਾਂ ਅਭੀ ਆਉਂਦੇ ਹੋਏ ਇਹਨਾਂ ਨੂੰ ਅੱਜ ਪਤਾ ਨਹੀਂ ਕੀ ਹੋਇਆ ਅੱਜ ਬਿਮਾਰ ਜਿਹੇ ਹੋਏ ਨੇ ਢਿੱਲੇ ਢਿੱਲੇ ਜਿਹੇ ਨੇ ਪਲੇਅਰ ਦੋਵੇਂ ਕਲਾਸਮੇਟ ਨੇ ਫੋਟੋ ਸ਼ੂਟ ਚੱਲ ਰਿਹਾ ਅੱਧੀ ਰਾਤ ਨੂੰ ਖਿੱਚਦਾ ਖਿੱਚਦਾ ਤੂੰ ਫੋਟੋ ਲੋਕ ਬਣ ਰਿਹਾ ਐਕਸ਼ਨ ਬਣਾ ਫੋਟੋ ਚੈੱਕ ਕਰੋ ਕਿੱਡੀ ਘੈਂਟ ਆਈ ਆ ਬਸ ਕਰੋ ਵੀ ਬਸ ਕਰੋ